ਮੇਰਾ ਨਾਮ ਚਰਨਜੀਤ ਹੈ ਮੈਂ ਹੈਲਥ ਡ੍ਰੌਪ ਯੂਜ਼ ਕੀਤਾ 42 ਦਿਨ ਯੂਜ਼ ਕੀਤਾ ਮੇਰਾ weight ਬਹੁਤ ਵੱਧ ਚੁੱਕਾ ਸੀਗਾ ਮੈਨੂੰ 18 ਕਿਲੋ weight ਮੇਰਾ ਲੂਜ਼ ਹੋਇਆ ਪ੍ਰੋਪਰ ਡਾਈਟ ਪ੍ਰੋਪਰ ਹੈਲਥ ਡ੍ਰੌਪਸ ਹੀ ਯੂਜ਼ ਕੀਤੇ ਤੇ ਇਹਦੇ ਨਾਲ ਬਹੁਤ ਫਰਕ ਫਰਕ ਪਿਆ ਮੈਂ ਰਿਕਮੈਂਡ ਕਰੂੰਗਾ ਹਰ ਕੋਈ ਯੂਜ਼ ਕਰੇ ਤੇ ਆਪਣਾ ਭਾਰ ਘਟਾਵੇ ਸ਼ਾਮਾਂ ਦਾ ਰੇਡੀਓ ਪੰਜਾਬ ਟਰੂਡੇ ਸੋਨ ਨਾਲੇ ਸਾਰੇ ਸਰੋਤਿਆਂ ਨੂੰ ਮੇਰੇ ਕੰਨੀ ਯਾਨੀ ਕਿ ਸਵਰਨ ਸਿੰਘ ਦਾ ਨੇਲੀਆ ਕੰਨੂ ਪਿਆਰ ਪਰੀ ਸਤਿ ਸ਼੍ਰੀ ਅਕਾਲ ਖਸ਼ਾਮਦੀਤ ਮੈਂ ਗੁਜ਼ਾਰਿਸ਼ ਕਰਦਾ ਕਿ ਜਿਹੜੇ ਵੀ ਇਸ ਵਕਤ ਸਾਡੇ ਨਾਲ ਜੁੜੇ ਨੇ ਉਹ YouTube ਚੈਨਲ ਰੇਡੀਓ ਪੰਜਾਬ ਟਰੂਡੇ ਦਾ ਵੱਤ ਤੋਂ ਵੱਦ ਸਬਸਕ੍ਰਾਈਬ ਕਰੋ ਜੀ ਇਸ ਤੋਂ ਇਲਾਵਾ ਐਪ ਨੂੰ ਵੱਤ ਤੋਂ ਵੱਦ ਜਿੰਨਾ ਹੋ ਸਕੇ ਵਿਲਾ ਸਮਾਂ ਮਿਲੇ ਤੁਸੀਂ ਐਪ ਨੂੰ ਵੀ ਜਿਹੜਾ ਪਲੀਜ਼ ਯੂਜ਼ ਕਰਿਆ ਕਰੋ ਜੀ ਪ੍ਰੋਗਰਾਮ ਦਾ ਗਾਸਕਾ ਦੇ ਟਿਲੋ ਸਾਬ ਸਿਕਾ ਜੀ ਸਾਸ੍ਰੀ ਕਾ ਟਿਲੋ ਸਾਬ ਸਭ ਤੋਂ ਪਹਿਲਾਂ ਤਾਂ ਫਿਰ ਗੱਲ ਮੱਧ ਪ੍ਰਦੇਸ਼ ਕਰਨੀ ਚੱਲੀਏ ਆਪਾਂ ਮੱਧ ਪ੍ਰਦੇਸ਼ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਕਾਂਗਰਸ ਲਈ ਰਾਹ ਬਣਾਇਆ ਹੈ ਸਰਕਾਰ ਬਣਾਉਣ ਦੇ ਲਈ ਇਹ ਰਾ ਪਧਰਾ ਕੀਨੇ ਕੀਤਾ ਜੀ ਕਈ ਫੈਕਟਰ ਆ ਜੀ ਜੀ ਅਸਲ ਦੇ ਵਿੱਚ ਇਹ ਕੀ ਇਹ ਹੈ ਕਿ 11 ਦਸੰਬਰ ਨੂੰ ਜੀ ਜਿੱਦੋ ਇਲੈਕਟ੍ਰਿਕ VOTING ਮਸ਼ੀਨਾਂ ਦੇ ਵਿੱਚ ਪਈਆਂ ਵੋਟਾਂ ਦੀ ਗਿਣਤੀ ਹੋਰ ਹੀ ਸੀ ਜੀ ਤਾਂ ਲਗਭਗ ਦੁਪਹਿਰ ਤੱਕ ਹੂੰ ਹੂੰ ਇਹ ਗੱਲ ਕਲੀਅਰ ਹੋ ਗਈ ਸੀ ਜੀ ਕਿ ਸतीश ਕੜ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣ ਰਹੀ ਹੈ ਹੂੰ ਹੂੰ ਲੇਕਿਨ ਦੋ ਰਾਜਾਂ ਦਾ ਪੰਬਲ ਫੂਸਾ ਬਰਕਰਾਰ ਰਿਹਾ ਜੀ ਇੱਕ ਰਾਜਸਥਾਨ ਤੇ ਤੁਜਾ ਮਧ ਪ੍ਰਦੇਸ਼ ਰਾਜਸਥਾਨ ਦੇ ਵਿੱਚ ਵੀ ਕਿਉਂਕਿ ਭਾਰਤੀ ਜਨਤਾ ਪਾਰਟੀ ਕਾਂਗਰਸ ਤੋਂ ਵਾਹਵਾ ਪਿੱਛੇ ਸੀ ਜੀ ਇਸ ਲਈ ਲਖਣ ਲਾਉਣ ਵਾਲਿਆਂ ਨੇ ਲਾ ਹੀ ਲਿਆ ਸੀ ਕਿ ਇੱਥੇ ਵੀ ਕਾਂਗਰਸ ਦੀ ਸਰਕਾਰ ਬਣਨੀ ਹੈ ਹਮ ਭਾਰਤੀ ਜਨਤਾ ਪਾਰਟੀ ਨੂੰ ਨੰਬਰਾਂ ਦੀ ਗੇਮ ਦੇ ਵਿੱਚ ਮਾਰ ਪੈ ਜਾਣੀ ਹੈ ਉਹਨਾਂ ਤੋਂ ਇਨੇ ਨੰਬਰ ਨਹੀਂ ਜੁੜਨੇ ਜੀ ਲੇਕਿਨ ਮੱਧ ਪ੍ਰਦੇਸ਼ ਵਾਲਾ ਮਾਮਲਾ ਲਟਕ ਗਿਆ ਔਰ ਕਿਉਂਕਿ ਜਿਹੜੀਆਂ ਵੋਟਰ ਪਰਚੀਆਂ ਜੀ ਐਤ ਕੀ ਨਾਲ ਸੀਗੀਆਂ VOTING ਮਸ਼ੀਨਾਂ ਦੇ ਉਹਦੇ ਤੇ ਪਤਾ ਲੱਗਦਾ ਸੀ ਕਿ ਵੋਟ ਕਿਹਨੂੰ ਪਾਈ ਹੈ ਕਿਉਂਕਿ ਪਿਛਾਂ ਜਦੋਂ ਆਪਾਂ ਪਿੱਛੇ ਸੀ ਉਦੋਂ ਇਹ ਗੱਲਾਂ ਸਾਹਮਣੇ ਆਉਂਦੀਆਂ ਸੀ ਕਿ ਜੇ ਤੁਸੀਂ ਕਿਸੇ ਵੀ ਪਾਰਟੀ ਦਾ ਬਟਨ ਦਬਾਓਗੇ ਜੀ ਤੇ ਆਮ ਤੌਰ ਤੇ ਰੂਲਿੰਗ ਪਾਰਟੀ ਨੂੰ ਹੀ ਵੋਟ ਕਾਸਟ ਹੋਣੀ ਹੈ ਜੀ ਇਹ ਮਾਮਲਾ ਕਾਫੀ ਚਰਚਾ ਚ ਰਿਹਾ ਗੱਲ ਸੁਪਰੀਮ ਕੋਰਟ ਤੱਕ ਪਹੁੰਚੀ ਫਿਰ ਸੁਪਰੀਮ ਕੋਰਟ ਦਾ ਹੁਕਮ ਹੋਇਆ ਕਿ ਨਾਲ ਤੁਸੀਂ ਇਹ ਜਿਹੜੀ ਹੈਗੀ ਐ ਵੋਟ ਅਰਚੀ ਵਾਲਾ ਸਿਸਟਮ ਲਾਉ। ਜੀ। ਉਹਦੇ ਕਰਕੇ ਕਾਊਂਟਿੰਗ ਕਾਫੀ ਲੰਬੀ ਹੋ ਗਈ। ਤਾਂ ਅੱਧੀ ਰਾਤ ਤੱਕ ਵੀ ਪਿਕਚਰ ਸਾਫ਼ ਨਹੀਂ ਸੀ ਹੋਈ ਕਿ ਮਧ ਪ੍ਰਦੇਸ਼ ਦੇ ਵਿੱਚ ਕੌਣ ਜਿੱਤ ਰਿਹਾ ਤੇ ਕੌਣ ਹਾਰ ਰਿਹਾ। ਲਗਭਗ ਬਰਾਬਰ ਬਰਾਬਰੀ ਚੱਲਦੇ ਸੀ। ਕਦੇ ਕਾਂਗਰਸ ਅੱਗੇ ਵੱਜ ਜਾਂਦੀ ਸੀ ਦੋ ਸੀਟਾਂ, ਕਦੇ ਭਾਰਤੀ ਜਨਤਾ ਪਾਰਟੀ ਵੱਜ ਜਾਂਦੀ ਸੀ। ਲੇਕਿਨ ਇਸ ਵਾਰੀ ਆਪਾਂ ਜੇ ਦੇਖੀ ਤਾਂ ਮਧ ਪ੍ਰਦੇਸ਼ ਦੇ ਵਿੱਚ ਕਾਂਗਰਸ ਪਾਰਟੀ ਨੇ ਜਿਸ ਬੰਦੇ ਨੂੰ ਪ੍ਰਧਾਨ ਬਣਾਇਆ ਜੀ, ਕਮਲਨਾਥ ਨੂੰ ਹੂੰ ਹੂੰ। ਉਹ ਕਮਲਾਥ ਬੜੀ ਕਮਾਲ ਦੀ ਚੀਜ਼ ਹੈ ਜੀ ਕਮਲਾਥ ਨੇ ਪੁਰਾਣੇ ਜਿਹੜੇ ਤਜਰਬੇ ਸੀ ਹੁਣ ਤੱਕ ਦੇ ਚੋਣਾਂ ਦੀ ਹਮ ਹ ਉਹਨਾਂ ਚੋਂ ਕਾਫੀ ਕੁਝ ਸਿੱਖਿਆ ਹੋਇਆ ਸੀ ਜੀ ਜਿਸ ਦਿਨ ਵਿਧਾਨ ਸਭਾ ਪੰਕ ਕੀਤੀ ਜੰਮੂ ਕਸ਼ਮੀਰ ਦੀ ਜੀ ਉਸ ਤੋਂ ਪਹਿਲਾਂ ਆਪਾਂ ਦੇਖਿਆ ਕਿ ਦੋ ਆਗੂ ਨੇ ਹਮ ਹ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕੀਤਾ ਸੀ ਜੀ ਇੱਕ ਬੀਬੀ ਮਹਿਬੂਬਾ ਮੁਫਤੀ ਜੀ ਪੀਡੀਪ ਵਾਲੀ ਤੇ ਦੂਜੇ ਮਿਸਟਰ ਲੋਨ ਲੋ ਉਹਨਾਂ ਦੋਨਾਂ ਨੇ ਫੈਕਸ ਮਸ਼ੀਨਾਂ ਦੇ ਰਾਹੀਂ ਸੰਦੇਸ਼ ਭੇਜੇ ਸੀ ਆਪਣੇ ਰਾਜਪਵਨ ਜੀ ਲੇਕਿਨ ਦੋਨਾਂ ਦੀ ਇੱਕ ਗੱਲ ਹੈ ਕਿ ਫੈਕਸ ਮਸ਼ੀਨ ਜਿਹੜੀ ਹੈ ਉਹ ਚੱਲ ਨਹੀਂ ਰਹੀ ਸੀ ਉਸ ਕੋਲ ਡੈਫੈਕਟ ਸੀ ਕਿਉਂਕਿ ਉਹ ਵਰਤਦਾ ਵੀ ਕੋਈ ਨਹੀਂ ਈਮੇਲ ਵਰਤਦੇ ਹਾਂ ਹਾਂ ਗਵਰਨਰ ਸਾਹਿਬ ਤੱਕ ਉਹਨਾਂ ਦੀ ਗੱਲ ਕਨਵੇ ਨਹੀਂ ਹੋਈ ਜੀ ਇੱਥੇ ਕਮਲਨਾਥ ਨੇ ਜਿਹੜੀ ਜੁਗਤ ਅਪਣਾਈ ਜੀ ਉਹਨਾਂ ਫੈਕਸ ਮਸ਼ੀਨ ਨੂੰ ਵਰਤਣਾ ਬਾਜ਼ੀ ਵੀ ਨਹੀਂ ਸਮਝਿਆ ਅਚਾਈ ਅੱਧੀ ਰਾਤ ਨੂੰ ਹੀ ਕਮਲ ਲਾਥ ਨੇ ਜਾ ਵਜਿਆ ਐਮੇਲ ਰਹੀ ਇਨਫੋਰਮ ਕਰਤਾ ਈਮੇਲ ਕਰਤੀ ਗਵਰਨਰ ਸਾਲ ਮੁਰਾਜ ਪਬਨ ਨੂੰ ਕਿ ਜੀ ਮੈਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਜਾਵੇ ਕਿਉਂਕਿ ਮੇਰੀ ਪਾਰਟੀ ਸਭ ਤੋਂ ਵੱਡੀ ਪਾਰਟੀ ਹੈ ਜੀ ਔਰ ਮੈਨੂੰ ਬਹੁ ਗਿਣਤੀ ਮੈਂਬਰਾਂ ਦੀ ਹਮਾਇਤ ਹਾਸਲ ਹੈ ਸਾਨੂੰ ਸੱਦਾ ਪੱਤਰ ਦਿੱਤਾ ਜਾਵੇ ਜੀ ਇੱਕ ਪਾਸੇ ਉਹ ਨਹੀਂ ਕਰਤਾ ਦੂਜੇ ਪਾਸੇ ਉਹਨੇ ਇੱਕ ਸਾਕਸ਼ ਨੂੰ ਭੇਜਤਾ ਕਿ ਤੁਸੀਂ ਜਾਓ ਤੇ ਜਾ ਕੇ ਆਪਣਾ ਇਹ ਪੱਤਰ ਦੇ ਆਓ ਜੀ ਮਸੰਜਰ ਵੀ ਭੇਜਤਾ ਇਹਦਾ ਮਤਲਬ ਹੈ ਕਿ ਪਹਿਲ ਕਰ ਗਿਆ ਜੀ ਸਵੇਰੇ ਜਦੋਂ ਮਾਮਲਾ ਸਾਫ ਹੋਇਆ ਰਿਜ਼ਲਟ ਆਇਆ ਉਦੋਂ ਤੱਕ ਕਾਂਗਰਸ ਪਾਰਟੀ ਦੇ ਕੋਲੇ 114 ਮੈਂਬਰ ਸੀ ਅੱਛਾ ਔਰ ਭਾਰਤੀ ਜਨਤਾ ਪਾਰਟੀ ਕੋਲੇ 109 ਪੰਜਾ ਦਾ ਫਰਕ ਸੀ ਪੰਜਾ ਦਾ ਫਰਕ ਲੇਕਿਨ ਇੱਕ ਮੈਂਬਰ ਜਿਹੜਾ ਹੈ ਉਹ ਸੀ ਸਮਾਜਵਾਦੀ ਪਾਰਟੀ ਖਲੇਸ਼ ਸਿੰਘ ਜਾਦਵ ਦਾ ਔਰ ਦੋ ਮੈਂਬਰ ਹੈ ਜਿਹੜੇ ਉਹ ਬਹੁਜਨ ਸਮਾਜ ਪਾਰਟੀ ਦੇ ਸੀ ਜੀ ਆਂਤੀ ਵਾਲੇ ਚਾਰ ਚਾਰ ਹੱਥੀ ਵਾਲੇ ਚਾਰ ਸੀ ਆਜ਼ਾਦ ਜੀ ਇਹਦਾ ਮਤਲਬ ਹੈ ਕਿ 114 ਕਾਂਗਰਸ ਦੀ ਕਾਂਗਰਸ ਨੂੰ ਚਾਹੀਦਾ ਬਹੁਤ ਦਿਖਾਉਣ ਵਾਸਤੇ 116 ਦਾ ਅੰਕੜਾ ਹਾਂਜੀ 15 ਤਾਂ ਬਣਦਾ ਹੀ ਬਣਦਾ ਚਲੋ ਇੱਕ ਵੱਧ ਲੈ ਲਓ ਉਹਨਾਂ ਕੋਲ ਨਹੀਂ 15 ਨਹੀਂ ਤਾਂ 15 ਤਾਂ ਅੱਧ ਬਣਦਾ ਨਾ 230 ਦਾ ਅੱਧ ਬਣ ਗਿਆ ਉਹ ਅੱਧ ਤੋਂ ਵੱਧ ਚਾਹੀਦੇ ਜੀ ਤਾਂ ਅੱਧ ਤੋਂ ਵੱਧ ਦਿਖਾਉਣ ਵਾਸਤੇ ਉਹਨਾਂ ਨੇ ਉਹਨਾਂ ਦੇ ਕੋਲੇ ਕੋਈ ਨੰਬਰ ਤਾਂ ਹੈ ਨਹੀਂ ਸੀ ਕਹਤਾਂ ਉਹਨਾਂ ਨੇ ਕਿ ਸਾਡੇ ਕੋਲੇ ਹੈਗੇ ਪਹਿਲ ਕੀਤੀ ਸਮਾਜਵਾਦੀ ਪਾਰਟੀ ਆਏ ਨੇ ਜੀ ਉਹਨਾਂ ਨੇ ਕਹਿੰਦਾ ਜੀ ਅਸੀਂ ਹਮਾਇਤ ਦੇਵਾਂਗੇ 115 ਹੋ ਗਈ ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਵੀ ਯਤਨ ਆਰੰਭ ਕਰ ਦਿੱਤੇ ਜੀ ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਜਿਸ ਵੇਲੇ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਦਿੱਲੀ ਦੇ ਵਿੱਚ ਜੀ ਚੋਣਾਂ ਜਿੱਤਣ ਤੋਂ ਬਾਅਦ ਤੇ ਉਹਨੇ ਬੜੇ ਸਲੀਕੇ ਨਾਲ ਬਿਆਨ ਦਿੱਤਾ ਹੂੰ ਹੂੰ ਉਹਨੇ ਕਿਹਾ ਜੀ ਅਸੀਂ ਚੋਣਾਂ ਜਿੱਤ ਪ੍ਰਾਪਤ ਕਰ ਲਈਏ ਚੋਣਾਂ ਚ ਇਹ ਵਿਧਾਨ ਸਭਾ ਦੀਆਂ ਜਿੰਨ ਸਟੇਟਾਂ ਸੀ ਜਿੱਤ ਲਈਆਂ ਤਿੰਨ ਚੋਣਾਂ ਜਿੱਤ ਲਈਆਂ ਤਿੰਨ ਸਟੇਟਾਂ ਦੀਆਂ ਪ੍ਰਧਾਨ ਸਭਾ ਦੀਆਂ ਹਮ ਹਮ ਔਰ 2019 ਚ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਜੀ ਉਹਨਾਂ ਦੇ ਵਿੱਚ ਵੀ ਅਸੀਂ ਜਿੱਤ ਪ੍ਰਾਪਤ ਕਰਾਂਗੇ ਜੀ ਇਸ ਲਈ ਇੱਕ ਨਾਲ ਗੱਲ ਕੀਤੀ ਸੀ ਕਿ ਅਸੀਂ ਜਿੱਤ ਪ੍ਰਾਪਤ ਕਰਾਂਗੇ ਪਰ ਇੱਕ ਅਸੀਂ ਗਲਤੀ ਨਹੀਂ ਕਰਾਂਗੇ ਹਾਂਜੀ ਅਸੀਂ ਕਿਸੇ ਪਾਰਟੀ ਨੂੰ ਬਰਬਾਦ ਨਹੀਂ ਕਰਾਂਗੇ ਕਿਸੇ ਪਾਰਟੀ ਨੂੰ ਤਬਾਹ ਨਹੀਂ ਕਰਾਂਗੇ ਜੀ ਕਿਉਂਕਿ ਮੇਰੇ ਧਿਆਨ 'ਚ ਕਿ 8 ਦਸੰਬਰ 2013 ਨੂੰ ਹਮ ਹਮ ਅਮਿਤ ਸ਼ਾਹ ਨੇ ਇੱਕ ਬਿਆਨ ਦਿੱਤਾ ਸੀ ਜਦੋਂ ਕੁਝ ਸਟੇਟਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿੱਤ ਗਈ ਸੀ ਜੀ ਉਦੋਂ ਅਮਿਤ ਸ਼ਾਹ ਨੇ ਕਿਹਾ ਸੀ ਕਿ ਕਾਂਗਰਸ ਪਾਰਟੀ ਨਾ ਕਾਂਗਰਸ ਮੁਕਤ ਜੀ ਭਾਰਤ ਪਾਰਟ ਦੀ ਜਿਹੜੀ ਹੈਗੀ ਹੈ ਸ਼ੁਰੂਆਤ ਹੋ ਚੁੱਕੀ ਹੈ ਸੋ ਦਸੰਬਰ ਦਾ ਮਹੀਨਾ ਸੀ ਜੀ ਉਹ 13 ਸੀ ਤੇ ਹੁਣ 18 ਪੰਜ ਸਾਲਾਂ ਦਾ ਫਰਕ ਹੈ ਪੰਜ ਸਾਲਾਂ ਬਾਅਦ ਜਿਹੜਾ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਹੈ ਜੀ ਜੀ ਰahul ਗਾਂਧੀ ਦਾ ਤੇ ਆਪਾਂ ਅਮਿਤ ਸ਼ਾਹ ਦਾ ਤਜਰਬੇ ਦਾ ਵੇਖੀ ਫਰਕ ਤਾਂ ਅਮਿਤ ਸ਼ਾਹ ਤਾਂ ਬਹੁਤ ਜ਼ਿਆਦਾ ਤਜਰਬੇਕਾਰ ਹੁੰਦੇ ਰਹੂ ਹੂੰ ਹੂੰ ਉਹ ਆਰਐਸਐਸ ਦੇ ਸਕੂਲ ਦਾ ਵਿਦਿਆਰਥੀ ਹੈ ਜੀ ਰahul ਗਾਂਧੀ ਹਲੇ ਤੱਕ ਸਖੰਦਰੂ ਹੈ ਹੂੰ ਹੂੰ ਪਰ ਰahul ਗਾਂਧੀ ਨੇ ਬਹੁਤ ਸਿਆਣਪ ਵਾਲੀ ਗੱਲ ਦਿੱਤੀ ਉਹ ਕਹਿੰਦਾ ਜੀ ਅਸੀਂ ਕਿਸੇ ਪਾਰਟੀ ਨੂੰ ਬਰਬਾਦ ਨਹੀਂ ਕਰਾਂਗੇ ਜੀ ਲੋਕਤੰਤਰ ਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਰਹਿਣ ਦਾ ਹੱਕ ਹੈ ਔਰ ਕਿਸੇ ਨੂੰ ਵੀ ਅਸੀਂ ਭਾਰਤ ਨੂੰ ਕਿਸੇ ਪਾਰਟੀ ਤੋਂ ਮੁਕਤ ਨਹੀਂ ਕਰਾਵਾਂਗੇ ਨੂੰ ਮੁਕਤ ਨਹੀਂ ਕਰਾ ਪਾਰਟੀ ਹੋ ਰਹੂ ਰਹਿਣ ਦਾ ਅਧਿਕਾਰ ਹੈ ਹਾਂ ਜਦੋਂ ਉਹਨੇ ਇੰਨੀ ਸਲੀਕੇ ਨਾਲ ਸਿਆਣਪ ਨਾਲ ਇੱਕ ਬਿਆਨ ਦਿੱਤਾ ਜੀ ਤਾਂ ਫਿਰ ਮਜਬੂਰੀ ਬਸ ਪ੍ਰਧਾਨ ਮੰਤਰੀ ਨੂੰ ਵੀ ਬਿਆਨ ਦੇਣਾ ਪੈ ਗਿਆ ਸੀ ਹੂੰ ਹੂੰ ਪ੍ਰਧਾਨ ਮੰਤਰੀ ਨੇ ਵੀ ਕਹਿਤਾ ਸੀ ਕਾਂਗਰਸ ਪਾਰਟੀ ਨੂੰ ਜਿੱਤ ਮੁਬਾਰਕ ਹੋਵੇ ਜੀ ਤਿੰਨ ਸੂਬਿਆਂ ਦਾ ਉਹਨਾਂ ਨੇ ਜ਼ਿਕਰ ਵੀ ਕਰਤਾ ਵੀ ਇਹਨਾਂ ਨੂੰ ਜਿੱਤ ਪ੍ਰਾਪਤ ਹੋਈ ਹੈ ਸੋ ਇੱਕ ਪਾਸੇ ਪ੍ਰਧਾਨ ਮੰਤਰੀ ਨੇ ਇਹ ਗੱਲ ਕਹਿਤੀ ਜੀ ਤੇ ਦੂਜੇ ਪਾਸੇ ਜਿਹੜੇ ਮਿਸਟਰ ਸ਼ਿਵਰਾਜ ਸਿੰਘ ਚੋਹਾਨ ਹੈ ਉੱਥੋਂ ਦੇ ਆਊਟ ਗoing ਜਿਹੜੇਗੇ ਚੀਫ ਮਿਨਿਸਟਰ ਜੀ ਉਹਨਾਂ ਨੇ ਆਪਣੇ ਕੁਝ ਸਾਥੀਆਂ ਨਾਲ ਸਲਾਮਤ ਸ਼ورہ ਕਰਕੇ ਤੇ ਰਾਜ ਭਵਨ ਨਾਲ رابطہ ਕਾਇਮ ਕਰ ਲਿਆ ਜੀ ਕਿ ਜੀ ਅਸੀਂ ਸਰਕਾਰ ਬਣਾ ਸਕਦੇ ਹਾਂ ਸਾਡੇ ਕੋਲ ਅੰਕੜਾ ਹੈਗਾ ਹੂੰ ਹੂੰ ਜਦੋਂ ਇਹ ਗੱਲ ਹੋ ਗਈ ਤਾਂ ਉਸ ਵੇਲੇ ਜਾਨਣ ਵਾਲੀਆਂ ਸਾਵ ਜੀ ਧਰਮ ਨਿਰਪੱਖਤਾ ਨੂੰ ਬਚਾਉਣ ਲਈ ਜੀ ਬਹੁਤ ਵੱਡਾ ਰੋਲ ਅਦਾ ਕੀਤਾ ਬੀਬੀ ਮਾਇਆਬਤੀ ਨੇ ਜਿਹੜੀ ਭੋਜਨ ਸਮਾਜ ਸ਼ਾਰਟੀ ਦੀ ਲੀਡਰ ਹੈ ਜੀ ਹਾਲਾਂਕਿ ਕਾਂਗਰਸ ਪਾਰਟੀ ਨੇ ਮਾਇਆਬਤੀ ਨਾਲ ਚੰਗਾ ਨਹੀਂ ਕੀਤਾ ਹੂੰ ਹੂੰ ਭੋਜਨ ਸਮਾਜ ਪਾਰਟੀ ਨਾਲ ਚੰਗਾ ਨਹੀਂ ਕੀਤਾ ਜੀ ਜਿੰਨਾ ਕ ਕਾਂਗਰਸ ਦੇ ਇਤਿਹਾਸ ਨੂੰ ਮੈਂ ਜਾਣਦਾ ਕਾਂਗਰਸ ਦੇ ਵਿੱਚ ਇੱਕ ਬਿਮਾਰੀ ਬਹੁਤ ਪੈੜੀ ਹੈ ਜਦੋਂ ਤਾਂ ਕਾਂਗਰਸ ਹੁੰਦੀ ਹੈ ਡਾਊਨਫਾਲ ਜੀ ਉਹਦੋਂ ਤਾਂ ਇਹ ਬਰੋਧੀ ਪਾਰਟੀਆਂ ਜਿਹੜੀਆਂ ਹੈਗੀਆਂ ਸਾਰੀਆਂ ਆਪੋਜੀਸ਼ਨ ਵਾਲਿਆਂ ਦੀਆਂ ਮਿੰਤਾ ਕਰਦੀਆਂ ਕਰਦੀ ਕਿ ਆਓ ਜੀ ਆਪਾਂ ਬੈਠ ਕੇ ਫਿਰਕਾ ਪ੍ਰਸਤਾ ਨੂੰ ਹਰਾਈ ਗਈ ਜੀ ਆਪਾਂ ਦੇਸ਼ ਨੂੰ ਬਚਾਈਏ ਜੀ ਇਹ ਕੁਛ ਕਰ ਲਈਏ ਜਦੋਂ ਇਹਨਾਂ ਨੂੰ ਥੋੜੀ ਜਿਹੀ ਆਸ ਵੱਜ ਜਾਂਦੀ ਹੈ ਕਿ ਉਹਨਾਂ ਸਤੇ ਜਿੱਤੇ ਪਈਆਂ ਉਹ ਉਹਨੂੰ ਉਹਨੂੰ ਫਿਰ ਖੜੇ ਖੜੋਤੇ ਛੱਡ ਜਾਂਦੀ ਹੈ ਬੀਬੀ ਮਾਇਆਬਤੀ ਦਾ ਬਹੁਤ ਵੱਡਾ ਯੋਗਦਾਨ ਹੈ ਜੇ ਅਸੀਂ ਦੇਖੀਏ ਜਿਹੜੀ ਆਪੋਜੀਸ਼ਨ ਦੀ ਯੂਨਿਟੀ ਦਾ ਮੁੱਢ ਬਣਿਆ ਉਹ ਮਾਇਆਬਤੀ ਨੇ ਹੀ ਬਣਿਆ ਕਦੋਂ ਬਣਿਆ ਮਾਇਆਬਤੀ ਨੇ ਹਮ ਹਮ ਮਾਇਆਬਤੀ ਨੇ ਕਰਨਾਟਕ ਆਦਿ ਚੋਣਾਂ ਬਿਲੇ ਬਣਿਆ ਸੀ ਜੀ ਕਰਨਾਟਕਾ ਦੇ ਚੋਣਾਂ ਵੇਲੇ ਮਾਇਆਵਤੀ ਨੇ ਹੀ ਪਹਿਲ ਕਦਮੀ ਕੀਤੀ ਸੀ ਕਿ ਸਾਨੂੰ ਇੱਕ ਸੈਕੂਲਰ ਫਰੰਟ ਬਣਾਉਣਾ ਚਾਹੀਦਾ ਹੈ ਜੀ ਕਿਉਂਕਿ ਚੋਣਾਂ ਦੌਰਾਨ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਅਲੱਗ ਲੜਨ ਲੜਨਾ ਸੀ ਕਾਂਗਰਸ ਪਾਰਟੀ ਦੀ ਸਰਕਾਰ ਉਹ ਵੀ ਲੜ ਰਹੀ ਸੀ ਜੀ ਤੇ ਜਿਹੜਾ ਆਪਣੇ ਦੀਪ ਗੋੜਾ ਸਾਹਿਬ ਹੈ ਜੀ ਉਹਨਾਂ ਦੀ ਪਾਰਟੀ ਜਿਹੜੀ ਉਹ ਵੀ ਜਨਤਾ ਦਾ ਜਿਹੜੀ ਹੈਗੀ ਸੈਕੂਲਰ ਉਹ ਵੀ ਲੜਦੀ ਸੀ ਜਦੋਂ ਉਹ ਚੋਣਾਂ ਲੜਦੇ ਸੀ ਤਾਂ ਚੋਣਾਂ ਲੜਨ ਵੇਲੇ ਮੇਰੇ ਧਿਆਨ ਚਾ ਤੁਹਾਡੇ ਵੀ ਧਿਆਨ ਚੋਣੇ ਕਿ ਉਦੋਂ ਰਾਹੁਲ ਗਾਂਧੀ ਨੇ ਬੜੇ ਤਾਬੜ ਤੋੜ ਹਮਲੇ ਕੀਤੇ ਸੀ ਕੁਮਾਰਾ ਸਵਾਮੀ ਜੀ ਦੀਵ ਘੜਾ ਤੇ ਜੀ ਉਹਨੇ ਕਹੇ ਸੀ ਕਿ ਇਹ ਪਾਰਟੀ ਜਿਹੜੀ ਹੈਗੀ ਜਨਤਾ ਦਲ ਸੈਕੂਲਰ ਜੀ ਇਹ ਕਾਂਗਰਸ ਆਪਣੀ ਭਾਰਤੀ ਜਨਤਾ ਪਾਰਟੀ ਦੀ ਵੀ ਟੀਮ ਹੈ ਹਮ ਪਰ ਜਦੋਂ ਰਿਜ਼ਲਟ ਆਇਆ ਨੰਬਰ ਉਸ ਦੇ ਉੱਤੇ ਭਾਰਤੀ ਜਨਤਾ ਪਾਰਟੀ ਆ ਗਈ ਦੋਤੇ ਕਾਂਗਰਸ ਆ ਗਈ ਤੀਜੇ ਦੇ ਉੱਤੇ ਆ ਗਿਆ ਕੁਮਾਰਾ ਸਵਾਮੀ ਦਾ ਦਲ ਜੀ ਔਰ ਉਸ ਵੇਲੇ ਫਿਰ ਕਿਉਂਕਿ ਇਹਨਾਂ ਨੂੰ ਪਹਿਲਾਂ ਮਾਰਾਂ ਪਹਿ ਚੁੱਕੇ ਸੀ ਬੀਬੀ ਮਾਇਆਬਤੀ ਨੇ ਪਹਿਲਾਂ ਹੀ ਇਹ ਜ਼ਮੀਨ ਤਿਆਰ ਕਰ ਲਈ ਸੀ ਗਰਾਊਂਡ ਤਿਆਰ ਕਰ ਲਿਆ ਸੀ ਉਹ ਕਹਿੰਦਾ ਸੀ ਕਿ ਹੁਣ ਤੁਹਾਨੂੰ ਮਿਲ ਕੇ ਚੱਲਣਾ ਚਾਹੀਦਾ ਹੈ ਹਾਂਜੀ ਆਪਾਂ ਸਾਰੇ ਜਣੇ ਇਕੱਠੇ ਹੋ ਜੀਏ ਜੇ ਭਾਰਤੀ ਜਨਤਾ ਪਾਰਟੀ ਤੋਂ ਬਚਣਾ ਤਾਂ ਨਹੀਂ ਇਹ ਸਰਕਾਰ ਬਣਾ ਲੈਣਗੇ ਜੀ ਤਾਂ ਫਿਰ ਜਿਹੜੀ ਕਾਂਗਰਸ ਪਾਰਟੀ ਕੁਮਾਰਾ ਸੁਆਮੀ ਦੀ ਪਾਰਟੀ ਨੂੰ ਭਾਜਪਾ ਦੀ 20 ਟੀਮ ਕਹਿੰਦੀ ਸੀ ਹੂੰ ਹੂੰ ਉਹਦੀ ਫਿਰ ਉਹਨਾਂ ਨੇ ਇੱਕਦਮ ਹਮੈਤ ਕੀਤੀ ਤੇ ਉੱਥੇ ਸਰਕਾਰ ਉਹ ਆਪਦੀ ਬਣਾ ਗਏ ਹਾਲਾਂਕਿ ਰਾਜਪਬਵਨ ਤੋਂ ਸੱਦਾ ਮਿਲ ਗਿਆ ਸੀ ਇਹ ਬੀਜੇਪੀ ਨੂੰ ਤੇ ਬੀਜੇਪੀ ਨੇ ਸਰਕਾਰ ਬਣਾ ਵੀ ਲਈ ਸੀ ਉਹ ਬਹੁਤ ਸਾਬਤ ਨਹੀਂ ਕਰ ਸਕਿਆ ਆਪਾਂ ਤਾਂ ਇਹਦੇ ਚ ਦੂ ਦਾ ਐਡਾ ਵੱਡਾ ਯੋਗਦਾਨ ਸੀ ਮੱਧ ਪ੍ਰਦੇਸ਼ ਦੇ ਵਿੱਚ ਵੀ ਉਹਨੇ ਪੇਸ਼ਕਸ਼ ਕੀਤੀ ਸੀ ਕਿ ਆਪਾਂ ਚੋਣਾਂ ਸਮਝੌਤਾ ਕਰ ਲਈਏ ਜੀ ਲੇਕਿਨ ਕਾਂਗਰਸ ਪਾਰਟੀ ਨੇ ਕਹਿੰਦਾ ਤੁਸੀਂ ਸੀਟਾਂ ਵੱਧ ਮੰਗਦੇ ਹੋ ਹੂੰ ਹੂੰ ਜੇ ਆਪਾਂ ਦੇਖੀ ਤਾਂ ਮੱਧ ਪ੍ਰਦੇਸ਼ ਦੇ ਵਿੱਚ 5 6% ਵੋਟਾਂ ਬੀਬੀ ਮਾਇਆ ਭਤੀ ਦੀਆਂ ਸੀ ਜੀ ਮੰਨ ਲਓ ਵੀ ਬੀਬੀ ਮਾਇਆ ਭਤੀ ਇਕੱਲੀ ਲੜ ਕੇ ਦੋ ਸੀਟਾਂ ਲੈ ਕੇ ਗਈ ਹੈ ਹੂੰ ਹੂੰ ਤੇ ਜੇ ਕਾਂਗਰਸ ਪਾਰਟੀ ਨੇ ਲੜਨ ਨਾਲ ਮਿਲ ਕੇ ਲੜ ਪੈਂਦੀ ਤਾਂ ਸ਼ਾਇਦ ਦੋਨਾਂ ਦੀਆਂ ਵੱਧ ਕੇ ਦੋ ਦਗਮ ਬਾਈ ਹੋ ਜਾਂਦੀਆਂ ਤੇ ਉਹ ਦੋ ਦਗਜ ਜਦੋਂ ਬਾਈ ਹੁੰਦੀਆਂ ਤੇ ਇਹਨਾਂ ਨੂੰ ਲੋੜ ਹੀ ਨਹੀਂ ਪੈਣੀ ਸੀ ਅਗਲੀ ਗੱਲ ਹੈ ਕਿ 5 ਸਾਲਾਂ ਲਈ ਮਾਇਆਬਤੀ ਦਾ ਤਾਂ ਉਹਨਾਂ ਦੇ ਨਾਲ ਫਿਰ ਸਮਝੌਤਾ ਹੋਣਾ ਸੀ ਭਾਰਤੀ ਜਨਤਾ ਪਾਰਟੀ ਵਾਲੇ ਪਾਸੇ ਉਹ ਜਾਣੀ ਸੀ ਸਕਦੇ ਸੋ ਇਹਨਾਂ ਨੇ ਤਾਂ ਉਹਦੇ ਨਾਲ ਕੀਤੀ ਸੀ ਭੈੜੀ ਜੀ ਪਰ ਬੀਬੀ ਮਾਇਆਬਤੀ ਨੇ ਫਿਰ ਨਾਲ ਦੀ ਨਾਲ ਹੀ ਐਲਾਨ ਕਰਤਾ ਕਿ ਭਾਰਤੀ ਜਨਤਾ ਪਾਰਟੀ ਤੋਂ ਬਚਾਉ ਤੋਂ Madhya Pradesh ਨੂੰ ਬਚਾਉਣ ਵਾਸਤੇ ਜੀ ਮੇਰੀ ਪਾਰਟੀ ਬਿਨਾਂ ਸ਼ਰਤ ਇਹ ਹਮਾਇਤ ਕਰਦੀ ਹੈ ਕਾਂਗਰਸ ਪਾਰਟੀ ਦੀ ਹਮਮ ਅਰ ਜਦੋਂ ਉਹਨੇ ਹਮਾਇਤ ਕਰਤੀ ਜੀ 114 ਤੇ 2 116 ਬਣ ਕੇ ਬਹੁਗਤ ਸਮਤੀ ਬਣ ਗਈ ਤੇ ਨਾਲ ਦੀ ਨਾਲ ਹੀ ਸ਼ਿਵਰਾਜ ਸਿੰਘ ਚੋਹਾਨ ਨੇ ਹਥਿਆਰ ਸੁਰਤੇ ਜੀ ਤੇ ਉਹਨਾਂ ਨੇ ਜਨਤਕ ਤੌਰ ਤੇ ਇਹ ਬਿਆਨ ਦਿੱਤਾ ਹਮ ਕਿ ਮੈਂ ਸਰਕਾਰ ਬਣਾਉਣ ਦਾ ਦਾਵਾ ਪੇਸ਼ ਨਹੀਂ ਕਰੂਗਾ ਭਾਵੇਂ ਉਹਨੇ ਫਿਰ ਹਾਰ ਮੰਨ ਲਈ ਸੋ یوں ਇੱਕ ਮੋੜ ਬਜਿਆ ਭਾਰਤੀ ਜਨਤਾ ਪਾਰਟੀ ਨੂੰ ਪਾਸੇ ਰੱਖ ਕੇ ਕਾਂਗਰਸ ਪਾਰਟੀ ਲਈ ਸਰਕਾਰ ਬਣਾਉਣ ਦਾ ਔਰ ਇਹਦੇ ਵਿੱਚ ਫਿਰ ਜਦੋਂ ਇੱਕ ਵਾਰੀ ਬੀਬੀ ਮਾਇਆਬਤੀ ਨੇ ਕਹਿਤਾ ਤਾਂ ਜਿਹੜੇ ਬਾਕੀ ਆਜ਼ਾਦ ਆ ਉਹ ਵੀ ਆ ਗਏ ਤੇ ਰਾਜ ਭਵਨ ਦੇ ਵਿੱਚੋਂ ਸੱਦਾ ਵੀ ਆ ਗਿਆ ਕਿ ਲਿਆਓ ਜੀ ਆ ਕੇ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੂੰ ਕੱਲ ਫਿਰ ਦੁਪਹਿਰੇ ਜਾ ਕੇ ਜਦੋਂ ਮਿਲ ਕੇ ਆਏ ਕਮਲਨਾਥ ਦੇਗਬਿਨਦੀ ਸਿੰਘ ਜੀ ਤੇ ਜੋ ਉਤਰਦੇ ਤੇ ਅਸਿੰਦ ਗਿਆ ਜੀ ਇਹ ਜਦੋਂ ਮਿਲ ਕੇ ਆਏ ਤੇ ਇਹਨਾਂ ਨੇ ਜਾ ਕੇ ਜਿਹੜੀ ਇੱਕ ਲਿਸਟ ਦਿੱਤੀ ਹੈ ਉਹ 121 ਮੈਂਬਰਾਂ ਦੀ ਦਿੱਤੀ ਹੈ ਲੋ ਜੀ ਸਾਡੇ ਕੋਲ 121 21 ਮੈਂਬਰ ਹੈਗੇ ਸੋ ਇਸ ਤਰ੍ਹਾਂ ਬੀਬੀ ਮਾਇਆਬਤੀ ਦੀ ਬਦੌਲਤ ਤੇ ਕਮਲਨਾਥ ਦੀ ਜਿਹੜੀ ਹੈਗੀ ਹੈ ਸੂਝ-ਬੂਝ ਜੀ ਉਹਦੀ ਬਦੌਲਤ ਰਾਹ ਸਾਫ ਹੋਇਆ ਕਾਂਗਰਸ ਲਈ ਸਰਕਾਰ ਬਣਾਉਣ ਦਾ ਮੱਧ ਪ੍ਰਦੇਸ਼ ਪੋਸਟਰ ਲੱਗ ਗਏ ਢਿਲੋ ਸਾਹਿਬ ਖਬਰਾਂ ਆ ਰਹੀਆਂ ਨੇ ਕਮਲਨਾਥ ਨੂੰ ਵਧਾਈ ਦਾ ਬੀ ਪੋਸਟਰ ਲੱਗੇ ਨੇ ਉਹਨਾਂ ਦੇ ਜਿਹੜਾ ਸੂਬੇ ਦੀ ਕਾਂਗਰਸ ਦਾ ਦਫ਼ਤਰ ਹੈਗਾ ਜੀ ਜੀ ਸੋ ਇਹਦੇ ਵਿੱਚ ਲੈ ਕੇ ਤੇ ਇਹ ਵੀ ਚਰਚਾ ਹੈਗੀ ਹੈ ਕਿ ਜੋਤਰ ਦਿੱਤਿਆ ਸਿੰਧੀਆਂ ਨੂੰ ਡਿਪਟੀ ਚੀਫ ਮਿਨਿਸਟਰ ਦਾ ਉਹਦਾ ਦੇਖੀ ਮੇਰਾ ਖਿਆਲ ਹੈ ਇਹ ਫਾਰਮੂਲਾ ਹੀ ਇਹ ਪਰੋਣਗੇ ਹਾਂ ਹਾਂ ਸੋ ਹਰੇ ਤੱਕ ਤਾਂ तमाम ਗੱਲਾਂ ਹਰੇ ਕਲੀਅਰ ਨਹੀਂ ਹੋਈਆਂ ਪਰ ਨੋ ਡਾਊਟ ਇੱਕ ਚੀਜ਼ ਹੋ ਗਈ ਹੈ ਕਿ ਕਾਂਗਰਸ 114 ਆ ਆਪਾਂ ਟੈਲੀ ਦੱਸ ਦਿੱਤੀ ਤੁਹਾਨੂੰ 56 ਸੀਟਾਂ ਦਾ ਵਾਅਦਾ ਕੀਤਾ ਜੀ ਭਾਜਪੀ ਨੇ 109 ਨੇ 56 ਸੀਟਾਂ ਕਟੀਆਂ ਨੇ ਬਹੁਜਾਂ ਸਮਾਰਟ ਪਾਰਟੀ ਦੋ ਦੋ ਸੀਟਾਂ ਦੀ ਕਮੀ ਹੈ ਹੋਰਾਂ ਕੋਲੇ ਪਹਿਲਾਂ 5 ਸੀਗੀਆਂ 3 ਸੀ ਹੁਣ 5 ਹੋ ਗਈਆਂ ਦੋਆਂ ਦਾ ਵਾਅਦਾ ਹੋਇਆ ਸੋ ਕੁੱਲ ਮਿਲਾ ਕੇ ਇਹ ਸੀਟਾਂ ਦਾ ਜਿਹੜਾ ਆਪਣਾ ਤੁਹਾਨੂੰ ਦੱਸ ਦਈਏ ਕੀ ਮੱਧ ਪ੍ਰਦੇਸ਼ ਦਾ ਆਪਣਾ ਕਹਿ ਸਕਦੇ ਆ ਕਾਂਗਰਸ ਨੇ 114 ਸੀਟਾਂ ਜਿਹੜੀਆਂ ਜੀ ਆਪਾਂ ਆਖਦੇ ਆ ਵੀ ਬਰਕਰਾਰ ਜਿਹੜੀਆਂ ਰੱਖੀਆਂ ਨੇ ਉਹਦੇ ਵਿੱਚ ਕਾਫੀ ਬਰਕਰਾਰ ਰਹਿ ਗਈਆਂ ਨੇ ਕਾਂਗਰਸ ਦੀਆਂ ਵੀ ਤੇ বিজেਪ